बचपन तो ही बागी सुभाअ ते विज्ञानिक सोच रखने वाले मनिंदर सिंह पाटिया उर्फ एमएस पाटिया ने टूनिया का मजाक उड़ाउंदिया एक बार किसी खास चौंक ते एक खास मानता वाले दरख्त दे थड़े ते किते गए टूने वाला लड्डू हसदिया हसदिया मुंह विच पा लिया। स्किंटा विच ही फिर गल फेल गई कि पता नहीं हुण की पाना वर्त जाना है। सारे लोग लभदे फिरन कि पाटिया जी राजी खुशी हुण सही, पर छेती ही पाटिया जी हसते हसते नेड़े तेड़े दे किसी चौंक विच समोसे खांदिया लभ गए। ए सन बचपन दियां गल्लां। जदों व्याह वाला लड्डू खान दा वेला आया ਤਾਂ 4 साल ਲਾ ਦਿੱਤੇ ਉਸ ਲੱਡੂ ਨੂੰ ਖਾਣ ਲਈ। ਪੂਰੀ ਕਹਾਣੀ ਤੁਸੀਂ ਪੰਜਾਬ ਸਕਰੀਨ ਤੇ ਵੀ ਪੜ੍ਹ ਸਕਦੇ ਹੋ, ਬੜੀ ਦਿਲਚਸਪ ਹੈ। ਵਿਆਹ ਵਾਲੇ ਇਸ ਲੱਡੂ ਨੂੰ ਐਤਕੀ 8 ਅਪ੍ਰੈਲ ਨੂੰ 38 साल ਹੋ ਗਏ ਹਨ। ਵਿਆਹ ਦੀ 38ਵੀਂ ਵੜੇ ਗੰਢ ਨੂੰ ਮਨਾਉਣ ਲਈ ਨਾ ਕੋਈ ਪੂਜਾ ਪਾਠ, ਨਾ ਕੋਈ ਜਸ਼ਨ, ਨਾ ਕੁਝ ਹੋਰ, ਬਸ ਆਪਣੀ ਪਤਨੀ ਰਾਜਿੰਦਰ ਕੌਰ ਪਾਟੀਆ ਨੂੰ ਲੈ ਕੇ ਪਹੁੰਚ ਗਏ ਪਿੰਕੀ ਹਰਬਲ ਗਾਰਡਨ ਵਿੱਚ ਜਨਮੇਜਾ ਜੌਲ ਹੋਣਾ ਕੋਲ। ਉੱਥੇ ਯਾਦਾਂ ਅਤੇ ਜਜ਼ਬਾਤਾਂ ਦਾ ਹੜ੍ਹ ਜਿਹਾ ਆਇਆ ਹੋਇਆ ਸੀ। ਜਨਮੇਜਾ ਜੌਲ ਅਤੇ ਉਹਨਾਂ ਦੇ ਸਾਥੀਆਂ ਨੇ ਬੜੇ ਹੀ ਨਿੱਘ ਨਾਲ ਸਾਰੀ ਟੀਮ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਇਸ ਦੇ ਨਾਲ ਹੀ ਮੌਸਮ ਵਾਲੀ ਗਰਮੀ ਦੂਰ ਕਰਨ ਲਈ ਐਸੇ ਬਾਗ ਦੀ ਹਰਬਲ ਕਾਂਝੀ ਵੀ ਪਿਲਾਈ। ਇਸ ਬਾਗ ਵਿੱਚ ਪਾਟੀਆ ਜੋੜੀ ਨੇ ਮਿੱਠੇ ਪੱਤਿਆਂ ਵਾਲਾ ਪੌਦਾ ਵੀ ਲਾਇਆ। ਹਰਿਆਣਾ ਦੇ ਸ਼ਾਹੂਕਾਰ ਕਾਰੋਬਾਰੀਆਂ ਦੀ ਦੁਨੀਆ ਵਿੱਚ ਇਹ ਸ਼ੁਰੂਆਤ ਇੱਕ ਸਿਹਤਮੰਦ ਰੁਝਾਨ ਹੈ। ਪਾਟੀਆ ਜੀ ਨੇ ਸਭਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਆਪਣੀਆਂ ਯਾਦਾਂ ਨਾਲ ਜੁੜੇ ਦਿਨ ਤਿਉਹਾਰ ਅਜਿਹੇ ਸਿਹਤਮੰਦ ਤਰੀਕਿਆਂ ਨਾਲ ਮਨਾਏ ਜਾਣੇ ਚਾਹੀਦੇ ਹਨ ਤਾਂ ਕਿ ਅਸੀਂ ਕੁਦਰਤ ਨਾਲ ਵੱਧ ਰਹੀ ਦੂਰੀ ਨੂੰ ਘਟਾ ਸਕੀਏ। ਲਓ ਦੇਖੋ ਪਿੰਕੀ ਹਰਬਲ ਗਾਰਡਨ ਵਿੱਚ ਪਾਟੀਆ ਜੋੜੀ ਵੱਲੋਂ ਪਾਈ ਫੇਰੀ ਦੀ ਇੱਕ ਕੈਮਰਾ ਰਿਪੋਰਟ। ਮਨਿੰਦਰ ਸਿੰਘ ਭਾਟੀਆ, ਅੱਜ ਸਾਡੇ ਵਿਆਹ ਦੀ 38ਵੀਂ ਵਰੇਗੰਢ ਹੈ ਔਰ ਸਾਡੀ ਇਹ ਇੱਛਾ ਸੀ ਕਿ ਇਸ ਵਰੇਗੰਢ ਨੂੰ ਇੱਕ ਯਾਦਗਾਰੀ ਬਣਾਇਆ ਜਾਵੇ ਔਰ ਉਸ ਨੂੰ ਲੈ ਕੇ ਹੀ ਮੈਂ ਜੋਤ ਸਾਹਿਬ ਨਾਲ ਗੱਲ ਕੀਤੀ ਕਿ ਸਾਨੂੰ ਅਗਰ ਇਹ ਪਰਮਿਟ ਕਰਨ ਕਿ ਜਿਹੜਾ ਹਰਬਲ ਪਾਰਕ ਹੈ, ਪਿੰਕੀ ਹਰਬਲ ਪਾਰਕ, ਅਗਰ ਅਸੀਂ ਉੱਥੇ ਇੱਕ ਯਾਦਗਾਰੀ ਬੂਟਾ ਲਾ ਸਕੀਏ ਔਰ ਅਸੀਂ ਥੈਂਕਸ ਕਰਦੇ ਹਾਂ ਇਹਨਾਂ ਨੇ ਸਾਨੂੰ ਅਲਾਓ ਕੀਤਾ ਔਰ ਅਸੀਂ ਆਏ ਹਾਂ ਅਤੇ ਅਸੀਂ ਇੱਕ ਬੂਟਾ ਲਾਇਆ ਦੋਨਾਂ ਨੇ, ਹਸਬੈਂਡ ਵਾਈਫ ਨੇ। ਤੋ ਪਿਛਲੇ 38 साल ਦੀ ਸਾਡੀ ਜਿਹੜਾ ਜਰਨੀ ਹੈ ਉਹ ਬਹੁਤ ਵਧੀਆ ਰਹੀ ਹੈ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਜਿਹੜਾ ਅਸੀਂ ਬੂਟਾ ਲਾਇਆ ਇਹਨੂੰ ਵੀ ਡਿਵੈਲਪ ਕਰੀਏ ਅਤੇ ਇਸ ਪਾਰਕ ਦੇ ਨਾਲ ਜੁੜੇ ਰਹੀਏ। ਇਹ ਸਾਡੀ ਯਾਦਗਾਰ ਦਾ ਹਿੱਸਾ ਰਹੇਗਾ। ਅੱਜ ਸਾਡੇ ਵਿਆਹ ਦੀ 38 ਈਅਰ ਔਰ ਇਹ ਅਸੀਂ ਅੱਜ ਸਾਡੀ ਮੈਰਿਜ ਐਨਵਰਸਰੀ ਹੈ। ਅਸੀਂ ਆਪਣਾ 38 ਸਾਲਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ ਔਰ ਬਹੁਤ ਜ਼ਿਆਦਾ ਭਾਟੀਆ ਸਾਹਿਬ ਨੇ ਮੇਰੇ ਨਾਲ ਕੋਪਰੇਟ ਕੀਤਾ। ਬਸ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜਗਪ੍ਰੀਤ ਕੌਰ, ਮੈਂ PhD ਰਿਸਰਚ ਸਕਾਲਰ ਹਾਂ ਤੇ ਮੈਮ ਆਏ ਨੇ ਤੇ ਇਹਨਾਂ ਦੇ ਸਰ ਵੀ, ਇਹਨਾਂ ਦੀ ਅੱਜ ਮੈਰਿਜ ਐਨਵਰਸਰੀ ਆ ਤੇ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਤੇ ਸਭ ਤੋਂ ਵਧੀਆ ਇਹ ਲੱਗਿਆ ਕਿ ਇਹਨਾਂ ਨੇ ਅੱਜ ਦੇ ਦਿਨ ਮਤਲਬ ਕਿ ਬੂਟੇ ਲਗਾਏ ਨੇ ਖਾਸ ਕਰਕੇ, ਕਿਉਂਕਿ ਅੱਜ ਕੱਲ੍ਹ ਜਿਵੇਂ ਗਲੋਬਲ ਵਾਰਮਿੰਗ ਹੈ, ਪੋਲੂਸ਼ਨ ਹੈ, ਸਾਨੂੰ ਬੂਟਿਆਂ ਦੀ ਗਰੀਨਰੀ ਦੀ ਬਹੁਤ ਲੋੜ ਹੈ ਤੇ ਇਹ ਮੈਮ ਤੇ ਸਰ ਦਾ ਬਹੁਤ ਵਧੀਆ ਉਪਰਾਲਾ। ਲੋਕੀ ਅੱਜ ਦੇ ਦਿਨ ਹੋਟਲਾਂ ਜਾਂਦੇ ਨੇ ਜਾਂ ਕੁਛ ਹੋਰ ਕਰਦੇ ਨੇ ਆਪਣੇ ਬਰਥਡੇ ਤੇ ਐਨਵਰਸਰੀ ਤੇ, ਬਾਹਰ ਖਾਣਾ ਖਾ ਲਿਆ, ਇਹ ਕਰ ਲਿਆ, ਉਹ ਕਰ ਲਿਆ, ਉਹ ਸਾਰੀ ਸ਼ੋਸ਼ੇਬਾਜ਼ੀਆਂ ਤੋਂ ਮੈਨੂੰ ਲੱਗਦਾ ਕਿ ਇਹ ਦੋਨੋਂ ਜਾਣੇ ਬਹੁਤ ਅੱਛੇ ਨੇ ਤੇ ਵੀ ਇਹ ਸਭ ਤੋਂ ਦੂਰ ਨੇ ਇਹਨਾਂ ਚੀਜ਼ਾਂ ਤੋਂ ਤੇ ਇਹਨਾਂ ਨੇ ਬੂਟੇ ਲਗਾ ਕੇ ਹਰਬਲ ਗਾਰਡਨ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸ਼ਾਮ ਦੇ ਸਮੇਂ ਪਿੰਕੀ ਹਰਬਲ ਗਾਰਡਨ ਚ ਬੈਠੇ ਹੋਏ ਆ ਔਰ ਅੱਜ ਸਾਡੇ ਇੱਥੇ ਇਕੱਠੇ ਹੋਣ ਦੇ ਲਈ ਇੱਕ ਵਿਸ਼ੇਸ਼ ਕਾਰਨ ਰਿਹਾ। ਸਾਡੇ ਮਿੱਤਰ NS ਭਾਟੀਆ ਜੀ ਜਿਹੜੇ ਕਿ ਬੈਂਕ ਚੋਂ ਰਿਟਾਇਰ ਹੋਏ ਨੇ ਔਰ ਅੱਜ ਕੱਲ ਇੱਕ ਬਹੁਤ ਲੁਧਿਆਣਾ ਸ਼ਹਿਰ ਚ ਨਾਮੀ ਪੱਤਰਕਾਰ ਨੇ, ਇਹ ਔਰ ਇਹਨਾਂ ਦੀ ਪਤਨੀ ਸਮਾਜ ਕਾਰਿਆਂ ਦੇ ਵਿੱਚ ਜੁੜੇ ਹੋਏ ਨੇ ਔਰ
ਲੋਕਾਂ ਦੀ ਸੇਵਾ ਕਿਸੇ ਨਾ ਕਿਸੇ ਤਰੀਕੇ ਕਰਦੇ ਹੀ ਆ ਰਹੇ ਨੇ। ਅੱਜ ਇਹਨਾਂ ਦੀ 38ਵੀਂ ਸ਼ਾਦੀ ਦੀ ਸਾਲਗਿਰਾ ਸੀ ਔਰ ਇਸ ਸਾਲਗਿਰਾ ਦੇ ਉੱਤੇ ਇਹਨਾਂ ਨੇ ਕੋਈ ਹੋਰ ਬਾਕੀ ਖੂਬਸੂਰਤੀ ਦੇ ਜਸ਼ਨੋ ਜਸ਼ਨ ਛੱਡ ਕੇ ਇਹ ਇੱਕ ਪਲਾਨ ਕੀਤਾ ਕਿ ਅਸੀਂ ਅੱਜ ਇੱਕ ਆਪਣੇ ਯਾਦਗਾਰ ਇੱਕ ਬੂਟਾ ਲਗਾਇਆ ਜਾਏ ਤੇ ਇਹ ਗੱਲ ਬਹੁਤ ਕਾਬਲੇ ਤਾਰੀਫ ਹੈ ਔਰ ਮੇਰਾ ਖਿਆਲ ਹੈ ਦੂਜੇ ਲੋਕਾਂ ਦੇ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਬਣੂਗੀ ਅਗਰ ਅਸੀਂ ਇਨ੍ਹਾਂ ਮੌਕਿਆਂ ਦੇ ਉੱਤੇ ਵੀ ਸ਼ਾਦੀ ਦੇ ਉੱਤੇ ਜਨਮ ਦੇ ਉੱਤੇ ਬੂਟੇ ਲਾਉਣ ਦੀ ਇੱਕ ਪਰੰਪਰਾ ਵੀ ਚਾਲੂ ਕਰੀਏ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਪਰਿਆਵਰਨ ਦੀ ਸਮੱਸਿਆ ਹੈ ਉਹ ਕਾਫੀ ਹੱਦ ਤੱਕ ਹੱਲ ਹੋਜੂ। ਇਹਦੇ ਲਈ ਇਹ ਧੰਨਵਾਦ ਦੇ ਪਾਤਰ ਨੇ ਔਰ ਇਨ੍ਹਾਂ ਦੀ ਇਸ ਵਿਚਾਰਧਾਰਾ ਜਿਹੜੀ ਹੈ ਬੂਟਾ ਲਾਉਣ ਦੀ ਇਹਦੇ ਉੱਤੇ ਅਸੀਂ ਬਿਲਕੁਲ ਇਸ ਨੂੰ ਕਹਿੰਦੇ ਕਿ ਬਹੁਤ ਸਹੀ ਹੈ ਤੇ ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਸ਼ਾਦੀ ਦੀ ਸਾਲਗਿਰਾ ਦੀ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਸੁਖੀ ਵਿਆਹ ਜੀਵਨ ਬਾਕੀ ਜਿਹੜਾ ਬਚਿਆ ਉਹਦਾ ਵੀ ਆਨੰਦ ਮਾਨਣ ਤੇ ਲੰਬੀ ਉਮਰ ਪਾਉਣ। ਥੈਂਕ ਯੂ। ਹਾਂਜੀ ਹੈਲੋ, ਮੈਂ ਕੇਸ਼ਵ ਆਨੰਦ ਪੁੰਨੀ ਇੱਥੇ ਹਰਬਲ ਗਾਰਡਨ ਦੇ ਵਿੱਚ ਇੱਕ ਸੇਵਕ ਹਾਂ ਔਰ ਅੱਜ ਇੱਥੇ ਹਰਬਲ ਗਾਰਡਨ ਦੇ ਵਿੱਚ ਭਾਟੀਆ ਸਾਹਿਬ ਤੇ ਇਹਨਾਂ ਦੀ ਮਿਸਿਸ ਰਜਿੰਦਰ ਕੌਰ ਇੱਥੇ ਆਪਣਾ 38ਵਾਂ ਵਾਹ ਜਿਹੜਾ ਸ਼ਾਦੀ ਸਾਲਗਿਰਾ ਹੈ ਉਹ ਮਨਾਉਣ ਦੇ ਲਈ ਇਹਨਾਂ ਨੇ ਇੱਕ ਵਿਚਾਰ ਕੀਤਾ ਹੈ ਕਿ ਵੀ ਸ਼ਾਦੀ ਦੀ ਸਾਲਗਿਰਾ ਨੂੰ ਇੱਕ ਪਲਾਂਟ ਲਗਾ ਕੇ ਇੱਕ ਰੁੱਖ ਲਗਾ ਕੇ ਇੱਥੇ ਰੁੱਖਾਂ ਦਾ ਵਾਧਾ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਦੁਨੀਆ ਸਾਰੀ ਇਹਨਾਂ ਰੁੱਖਾਂ ਦੇ ਪ੍ਰਤੀ ਪਿਆਰ ਕਰ ਸਕੇ ਤੇ ਇਹਨਾਂ ਦਾ ਇਹ ਵਿਚਾਰ ਹੈ ਜਿਹੜਾ ਵਾਕਈ ਅੱਜ ਦੀ ਦੁਨੀਆ ਦੇ ਵਿਚਾਰਾਂ ਦੇ ਤੋਂ ਥੋੜਾ ਜਿਹਾ ਹਟ ਕੇ ਹੈਗਾ ਤੇ ਇਹ ਇਸ ਦੇ ਇੱਕ ਧੰਨਵਾਦ ਦੇ ਪਾਤਰ ਨੇ ਤੇ ਇਹਨਾਂ ਦਾ ਜਿਹੜਾ ਅਸੀਂ ਚਾਹਵਾਂਗੇ ਕਿ ਲੰਬੀ ਜ਼ਿੰਦਗੀ ਹੈ ਉਹ ਰੁੱਖਾਂ ਵਰਗੀ ਜ਼ਿੰਦਗੀ ਹੋਵੇ। ਥੈਂਕ ਯੂ। ਹਾਂਜੀ, ਸਭ ਤੋਂ ਪਹਿਲਾਂ ਮੈਂ ਭਾਟੀਆ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੀ 38ਵੀਂ ਮੈਰਿਜ ਐਨਵਰਸਰੀ ਆ ਔਰ ਉਹਨਾਂ ਨੇ ਬੂਟਾ ਲਾਇਆ ਔਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਤੁਹਾਡੀ ਉਮਰ ਰੁੱਖਾਂ ਤੋਂ ਵੀ ਲੰਮੀ ਹੋਵੇ ਤੇ ਪੂਰੀ ਉਮੀਦ ਹੈ ਕਿ ਅੱਜ ਇਸ ਯਾਦਗਾਰੀ ਬਾਗ ਦੇ ਵਿੱਚ ਤੁਸੀਂ ਆਪਣੀ ਯਾਦ ਸਾਡੇ ਨਾਲ ਸਾਂਝੀ ਕੀਤੀ ਹੈ, ਤੁਸੀਂ ਸਾਨੂੰ ਯਾਦ ਕੀਤਾ ਹੈ, ਇਹੀ ਬਹੁਤ ਵੱਡੀ ਗੱਲ ਹੈ ਤੇ ਇਹਦੇ ਨਾਲ ਜਿਹੜੀ ਯਾਦਾਂ ਰੀਲ ਹੈ ਉਹ ਘੁੰਮਦੀ ਰਹਿੰਦੀ ਹੈ। ਧੰਨਵਾਦ।